ਦੋਸੋ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਤੁਹਾਨੂੰ ਪਤਾ ਹੈ ਕਿ ਪੂਰਾ ਮੁਲਕ ਲੱਗਿਆ ਹੋਇਆ ਹੈ ਕਿ ਹਿੰਦੁਸਤਾਨ ਦੇ ਬੇਰਹਿਣ ਵਾਲੇ ਕੁਝ ਲੋਕ ਕਿ ਪਾਕਿਸਤਾਨ ਕਿ ਕੈਨੇਡਾ ਕਿ ਹਾਂਗਕਾਂਗ ਬੈਂਕਾਕ ਇਹ ਜਿਹੜੇ ਅਤਵਾਦੀ ਨੇ ਜਿਹੜੇ ਖਾਲਸਾ ਨਾਲ ਖਾਲਸਤਾਨੀ ਸਮਰਥਕ ਨੇ ਜਿਹੜੇ ਖਾਲਸਾ ਨੂੰ ਸਪੋਰਟ ਕਰਦੇ ਨੇ ਇਹ ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਕੋਨੇ-ਕੋਨੇ ਚ ਏਲੋਕੇ ਹੋਏ ਨੇ ਦੋ ਗੈਂਗਸਟਰਾਂ ਨੂੰ ਫਿਲੀਪਿਨਜ਼ ਦੇ ਮਨੀਲਾ ਤੋਂ ਗ੍ਰਿਫਤਾਰ ਕੀਤਾ ਐਨਆਈ ਦੀ ਟੀਮ ਨੇ ਤੇ ਇੰਟਰਪੋਲ ਦੀ ਤੇ ਹੋਰ ਏਜੰਸੀਆਂ ਦੀ ਮਦਦ ਦੇ ਨਾਲ ਇਹਨਾਂ ਨੂੰ ਡਿਪੋਰਟ ਕਰਕੇ ਦਿੱਲੀ 에ਅਰਪੋਰਟ ਤੇ ਲਿਆਦਾ ਜਿੱਥੇ ਐਨਆਈ ਦੀ ਟੀਮ ਨੇ ਇਹਨਾਂ ਨੂੰ ਆਪਣੇ ਕਾਬੂ ਚ ਕਰ ਲਿਆ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਇਹ ਖਾਲਸਤਾਨੀ ਪੱਖੀ ਲੋਕ ਸੀ ਜਿਹੜੇ ਫੜੇ ਗਏ ਪੰਜਾਬ ਤੋਂ ਬਿਲੋਂਗ ਕਰਦੇ ਨੇ ਔਰ ਸਾਰਾ ਨੈਟਵਰਕ ਫਿਲੀਪਿਨਸ ਦੇ ਮਨੀਲਾ ਸ਼ਹਿਰ ਤੋਂ ਉਹ نیٹਵਰਕ ਚਲਾਉਂਦੇ ਸੀ ਔਰ ਇਹਨਾਂ ਨੂੰ ਫੀਡ ਕਿੱਥੋਂ ਹੁੰਦਾ ਸੀ ਫੀਡ ਹੁੰਦੀ ਸੀ ਕੈਨੇਡਾ ਤੋਂ ਇਹਨਾਂ ਦੀ ਪਹਿਚਾਨ ਅਮਰਤਪਾਲ ਸਿੰਘ ਐਮਈ ਤੇ ਮਨਪ੍ਰੀਤ ਬਜੋ ਜਿਹੜੀ ਹੋਈ ਹੈ ਅਮਰਤਪਾਲ ਮੋਗਾ ਦਾ ਰਹਿਣ ਵਾਲਾ ਔਰ ਦੋਵੇਂ ਜਿਹੜੇ ਲੋਕ ਫੜੇ ਨੇ ਗੈਂਗਸਟਰ ਫੜੇ ਨੇ ਇਹ ਕੈਨੇਡਾ ਦੇ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ ਉੱਥੇ ਬੈਠ ਕੇ ਹੀ ਸਾਰੀ ਪਲੈਨਿੰਗ ਹੀ ਕਰਦੇ ਸੀ ਇਹਨਾਂ ਨੇ ਇਹਨਾਂ ਦਾ ਇੱਕ ਬੱਧਾ ਹੈ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਹੈ ਅਰਸ਼ ਢਾਲਾ ਜਿਹੜਾ ਕਿ ਆਪਣੇ ਇੱਕ ਸਾਥੀ ਪੰਜਾਬ ਤੋਂ ਸੁੱਕੇ ਦਾ ਕਤਲ ਕਰਕੇ ਕੈਨੇਡਾ ਭੱਜ ਗਿਆ ਸੀਗਾ ਔਰ ਇਹ ਹਰਦੀਪ ਨੇਜਰ ਦੇ ਸੰਪਰਕ ਵਿੱਚ ਵੀ ਇਹ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਕੁੱਲ ਮਿਲਾ ਕੇ ਇਹ ਉਹ ਲੋਕ ਨੇ ਜਿਹੜੇ ਬਾਹਰ ਬਹਿ ਕੇ ਨੈਟਵਰਕ ਤਾਂ ਬਣਾਉਂਦੇ ਨੇ ਉਸ ਤੋਂ ਬਾਅਦ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਕਈ ਬਾਦਦਾਤਾਂ ਵਿੱਚ ਲੋਡਿੰਗ ਦੇ ਵੀ ਨੇ ਔਰ ਹਿੰਦੁਸਤਾਨ ਦੀ ਮੋਸਟ ਵੌਂਟਡ ਲਿਸਟ ਦੇ ਵਿੱਚ ਇਹ ਜਿਹੜੇ ਫੜੇ ਗਏ ਨੇ ਇਹ ਸ਼ਾਮਲ ਅਰਸ਼ਦ ਅਲਾਪਿਸ਼ਾ ਜਿਹੜਾ ਕੈਨੇਡਾ ਬੈਠਾ ਔਰ ਕੁੱਲ ਮਿਲਾ ਕੇ ਐਨਾ ਇਹਦੀ ਟੀਮ ਪੂਰੀ ਤਰ੍ਹਾਂ ਸਤਰਕ ਹੈ ਕੇਂਦਰ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਆਪਣੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਕਿ ਗੈਂਗਸਟਰਾਂ ਨੂੰ ਫੜੋ ਫੜੀ ਕਰਕੇ ਪੰਜਾਬ ਨੂੰ ਹਿੰਦੁਸਤਾਨ ਨੂੰ ਮੁਕਤ ਕੀਤਾ ਜਾ ਸਕੇ ਇਹਨਾਂ ਕੋਲ ਅੱਗੇ ਚੱਲਦੇ ਆਂ ਦੋਸਤੋ ਪੰਜਾਬ ਦਾ ਮਾਹੌਲ ਠੀਕ ਹੋ ਸਕਦਾ ਹੈ ਜੇ ਅਸੀਂ ਸੋਚੀ ਕਰੀਏ ਜੇ ਅਸੀਂ ਥੋੜਾ ਜਿਹਾ ਅਵੋਇਡ ਕਰੀਏ ਕਿ ਅਸੀਂ ਮਾੜੇ ਬੰਦਿਆਂ ਦਾ ਸਾਥ ਨਹੀਂ ਦੇਣਾ ਮਾੜਿਆਂ ਦੀ ਗੱਲ ਨਹੀਂ ਸੁਣਨਾ